ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹੁੰਦਾ। 15/3/2018 ਨੂੰ ਸੁਖਪਾਲ ਸਿੰਘ ਖਹਿਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲ 10 ਮੋਟਰਾਂ ਨੇ ਰਾਮਗੜ੍ਹ 'ਚ, ਕੋਈ 10 ਹਾਰਸ ਪਾਵਰ ਦੀ ਹੈ, ਕੋਈ 7.5 ਦੀ ਹੈ, ਮੈਂ ਇਹਦਾ ਸਬਸਿਡੀ ਛੱਡਣੀ ਚਾਹੁੰਦਾ ਜੀ, ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ, ਮੈਂ ਬਿੱਲ ਭਰਿਆ ਕਰੂੰ, ਮੈਂ ਸਬਸਿਡੀ ਛੱਡਣੀ ਚਾਹੁੰਦਾ। ਬੱਲੇ ਬੱਲੇ ਕਰਾ ਲਈ, ਆਹ ਵੀ ਆਹ ਹੁੰਦਾ ਬਈ, ਆਹ ਇਹ ਆ ਕੰਮ ਬਹੁਤ ਵਧੀਆ ਬਈ, ਸਬਸਿਡੀ ਛੱਡਤੀ। ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ, ਉਹ ਕਹਿੰਦੇ ਇਕੱਲੀ ਚਿੱਠੀ ਲਿਖੀ ਸੀ, ਉਹ ਤੋਂ ਬਾਅਦ ਫਾਰਮ ਫੂਰਮ ਨਹੀਂ ਭਰਿਆ ਛੱਡਣ ਵਾਲਾ। ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਹੈ? 10 ਟਿਊਬਵੈਲ ਨੇ ਰਾਮਗੜ੍ਹ 'ਚ, 75 ਹਾਰਸ ਪਾਵਰ ਟੋਟਲ ਬਣਦੀ ਹੈ 10 ਦੀ, 4,36,500 ਰੁਪਇਆ ਇੱਕ ਸਾਲ ਦਾ ਇਹਨੇ ਛੱਡਣਾ ਸੀ। ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ, ਅੰਡਾ ਉਨੀ ਛੋਟਾ ਹੁੰਦਾ ਜਾਂਦਾ ਹੈ, ਛੱਡਿਆ ਨਹੀਂ ਵੀਰੋ। ਆਹ ਤਾਂ ਇਹਨਾਂ ਦੇ ਕਿਰਦਾਰ ਨੇ। ਲੈ ਦੱਸਦੇ ਵੀ ਕਦੋਂ ਛੱਡਿਆ ਸੀ, ਫਾਰਮ ਭਰਿਆ ਸੀ, 10 ਮੋਟਰਾਂ ਨੇ ਮੇਰੇ ਕੋਲ, ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ, ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ। ਮੈਂ ਦੱਸ ਦਿੰਦਾ, ਕਿਤੇ ਕੋਈ ਕਿਸੇ ਵਹਿਮ 'ਚ ਨਾ ਰਹਿ ਜੇ, ਮੈਂ ਜਦੋਂ ਗੱਲ ਕਰਦਾ ਫਿਰ ਮੈਂ ਪੱਕੀ ਕਰਦਾ। ਆਹ ਚਿੱਠੀ ਲਿਖੀ ਹੋਈ ਹੈ ਹੱਥ ਨਾਲ, ਨੀਲੀ ਸਿਆਹੀ ਨਾਲ, 15/3/2018 ਨੂੰ ਇਹ PSPCL ਨੂੰ ਲਿਖੀ ਹੈ। ਆਹ ਮੋਟਰਾਂ ਨੇ ਜੀ 10 ਹਾਰਸ ਪਾਵਰ, 5, 5, 7.5, 7.5, 7.5, 7.5, 7.5, 10 ਵੀਰੋ ਸਾਰੀਆਂ ਰਾਮਗੜ੍ਹ ਦਾ ਐਡਰੈਸ ਹੈ, ਜਿਹਦੇ 'ਚੋਂ 1, 2, 3, 4 ਸੁਖਜਿੰਦਰ ਸਿੰਘ ਦੇ ਨਾਮ 'ਤੇ ਨੇ, ਇੱਕ ਗੁਰਚਰਨ ਸਿੰਘ, 2 ਗੁਰਚਰਨ ਸਿੰਘ ਦੇ ਨਾਮ 'ਤੇ ਨੇ, ਨੀ ਫਾਦਰ ਹੈ ਸੁਖਪਾਲ ਖਹਿਰਾ ਦੇ ਨਾਂ 'ਤੇ, 1, 2, 3, 4 ਚਾਰ ਸੁਖਪਾਲ ਖਹਿਰਾ, 2 ਸੁਖਜਿੰਦਰ, 1 ਮਹਿੰਦਰ ਕੌਰ ਹੈ, ਮੈਨੂੰ ਨਹੀਂ ਪਤਾ ਕੌਣ ਹੈ, ਸੁਖਜਿੰਦਰ ਸਿੰਘ ਫੇਰ, ਸੁਖਜਿੰਦਰ ਸਿੰਘ ਫੇਰ ਅਤੇ ਮਹਿੰਦਰ ਕੌਰ। ਆਹ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਤੀ, ਮੈਂ ਬਿੱਲ ਭਰਿਆ ਕਰੂੰਗਾ 10 ਮੋਟਰਾਂ ਦਾ, ਬਾਅਦ 'ਚ ਫਾਰਮ ਹੀ ਨਹੀਂ ਭਰਿਆ, ਬਿੱਲ ਭਰਨ ਦੀ ਗੱਲ ਛੱਡੋ, 4,36,500 ਰੁਪਇਆ ਸਾਲ ਦਾ ਕਹਿੰਦਾ ਮੈਂ ਭਰਿਆ ਕਰੂੰਗਾ, ਪਰ ਨਹੀਂ ਭਰਿਆ। ਇਹ ਆਹ ਤਾਂ ਇਹਨਾਂ ਦੇ ਕਿਰਦਾਰ ਨੇ, ਕੀ ਕਰੋਗੇ ਤੁਸੀਂ ਬਈ? ਗੱਲ ਨਹੀਂ, ਬਾਤ ਨਹੀਂ, ਕੋਈ ਕੰਮ ਤੜਕੇ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਹੋ, ਕੋਈ ਚੱਜ ਦਾ ਕੰਮ ਕਰ ਲਓ, ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ। ਕਿੰਨਵੀਂ ਪਾਰਟੀ ਹੈ, ਮੈਂ ਤਾਂ ਹਜੇ, ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨਵੀਂ ਪਾਰਟੀ ਹੈ ਇਹ। ਇੱਕ ਵਾਰੀ ਸਾਡੇ ਨਾਲ, ਫਿਰ ਆਪਦੀ ਵੀ ਬਣਾ ਲਈ ਸੀ ਇੱਕ, ਫਿਰ PDA, ਕਿਰ ਅਕਾਲੀਆਂ ਵੱਲੋਂ ਵੀ ਰਹੇ ਹੈ, ਕਿਰ ਯਾਦ ਵੀ ਰਹੇ ਹੈ, ਕਾਂਗਰਸ ਦੂਜੀ ਵਾਰ ਹੈ, ਕੋਈ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ, ਦੋਜੀਆਂ ਵਾਲੇ ਮੋਟਰਸਾਈਕਲ ਵਰਗੇ ਹੈ, ਜਿੱਧਰ ਨੂੰ ਮਰਜ਼ੀ ਟੇਢਾ ਕਰ ਦਿਉ ਉੱਧਰ ਨੂੰ ਖੜ੍ਹ ਜਾਂਦੇ ਆ, ਬਸ ਕਦੇ ਲੋਕਾਂ ਨਾਲ ਤਾਂ ਖੜ੍ਹੇ ਨਹੀਂ।